ਤਾਂ ਨੀ ਪੁੱਤ ਸਾਰੇ ਬਾਲੇ ਤਿੰਨ ਚਾਰ ਬਾਲੇ ਨੇ ਜਿੱਦ ਨਹੀਂ ਹੀ ਪੜਾ ਪਿਆ ਉਧਰ ਤਿੰਨ ਬਾਲੇ ਡਿੱਗ ਪਏ ਅਜੇ ਬੱਚੇ ਮੇਰੇ ਅੰਦਰ ਹੀ ਸੀ ਤੇ ਮੈਂ ਅਜੇ ਬਾਹਰ ਹੀ ਨਿਕਲੀ ਹਾਂ ਤੇ ਤਿੰਨ ਬਾਲੇ ਡਿੱਗ ਪਏ ਬਾਲੇ ਮੈਂ ਕੁੜੀਆਂ ਦੀ ਖੜਕਾ ਆਪਣੇ ਬੀਬੀ ਅੰਦਰ ਹੋਇਆ ਮੈਂ ਕਿਹਾ ਤੁਸੀਂ ਬਾਹਰ ਆ ਜਾਓ ਤੇ ਜੇ ਮੈਂ ਵੇਖਿਆ ਤੇ ਤਿੰਨ ਬਾਲੇ ਸੱਜੇ ਪੈਂਸ਼ਨ ਕਿੰਨੀ ਮਿਲਦੀ ਤੁਹਾਨੂੰ ਜੀ 750 ਤੇ 750 ਦੇ ਵਿੱਚ ਤੁਸੀਂ ਤਿੰਨ ਜਿਓ ਤੇ 750 ਦੇ ਵਿੱਚ ਤਾਂ ਕੀ ਬੰਨ ਚੱਲ ਫਿਰ ਫਿਰ ਪੁੱਤ ਟਾਈਮ ਪਾਸ ਤੇ ਕਰਨਾ ਹੀ ਹੈ ਜਿਵੇਂ ਪਰਮਾਤਮਾ ਲਿਖਦਾ ਨਾ ਉਹੀ ਹੋਣਾ ਜਿਦਨ ਉਹ ਲੈਣ ਆ ਗਿਆ ਕੇ ਪੁੱਛਲ ਕੇ ਨਹੀਂ ਪੁੱਛਣਾ ਹੈ ਨਾ ਕਹਿੰਦਾ ਜੀ ਨੇ ਨਾ ਕੇ ਪੁੱਤ ਨੇ ਹੈ ਨਾ ਇਹਨਾਂ ਨੇ ਪੁੱਛਣਾ ਵੀ ਤੂੰ ਮਾਤਾ ਚਰ ਚਲੀ ਹੈ ਕਿ ਸਤਿ ਸ਼੍ਰੀ ਅਕਾਲ ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਸਿਮਰਨ ਕੌਰ ਸਵਾਗਤ ਕਰਦੀ ਆਂ ਅੱਜ ਅਸੀਂ ਪਹੁੰਚਿਆ ਮੋਗਾ ਦੇ ਪਿੰਡ ਮੋਜਕੜ ਦੇ ਵਿੱਚ ਤੇ ਇਸ ਪਿੰਡ ਦੇ ਬਾਰੋਬਾਰ ਇੱਕ ਐਸਾ ਪਰਿਵਾਰ ਰਹਿੰਦਾ ਜਿਹਨੂੰ ਸਹਾਰੇ ਦੀ ਲੋੜ ਹੈ ਵੈਸੇ ਵੀ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਦੇ ਹਰ ਇੱਕ ਪੜਾਅ ਦੇ ਵਿੱਚ ਹਰ ਇੱਕ ਇਨਸਾਨ ਨੂੰ ਇੱਕ ਸਹਾਰੇ ਦੀ ਲੋੜ ਹੁੰਦੀ ਹੈ ਜਿਵੇਂ ਬਚਪਨ ਦੇ ਵਿੱਚ ਬੱਚਿਆਂ ਨੂੰ ਮਾਂ ਪਿਓ ਦੇ ਸਹਾਰੇ ਦੀ ਲੋੜ ਹੁੰਦੀ ਹੈ ਜਵਾਨੀ ਦੇ ਵਿੱਚ ਪਤਨੀ ਦੀ ਜਾਂ ਫਿਰ ਪਤੀ ਦੀ ਲੋੜ ਹੁੰਦੀ ਹੈ ਜੀਵਨ ਸਾਥੀ ਦੀ ਲੋੜ ਹੁੰਦੀ ਹੈ ਤੇ ਜਦੋਂ ਬੁਢਾਪਾ ਆਉਂਦਾ ਹੈ ਤਾਂ ਉਦੋਂ ਲੋੜ ਹੁੰਦੀ ਹੈ ਆਪਣੇ ਧੀ ਪੁੱਤ ਦੀ। ਇਹੀ ਸਹਾਰੇ ਹੁੰਦੇ ਨੇ। ਪਰ ਅੱਜ ਜਿਸ ਪਰਿਵਾਰ ਨਾਲ ਮੈਂ ਤੁਹਾਨੂੰ ਮਿਲਾਉਣ ਜਾ ਰਹੀਆਂ ਇਹ ਤਿੰਨੋਂ ਜੀ ਇੱਕ ਦੂਜੇ ਦਾ ਸਹਾਰਾ ਨੇ। ਇਹਨਾਂ ਦਾ ਕੋਈ ਸਹਾਰਾ ਨਹੀਂ ਹੈ। ਚਲੋ ਫਿਰ ਮੈਂ ਤੁਹਾਨੂੰ ਮਿਲਵਾਉਂਦੀ ਆ ਇਸ ਛੋਟੇ ਜਿਹੇ ਪਰਿਵਾਰ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਤਾ। ਕਿਵੇਂ ਹੋ ਸਤਾਂ ਠੀਕ? ਹਾਂ ਠੀਕ ਵਧੀਆ। ਅੱਛਾ ਤੁਸੀਂ ਉਹਰੇ ਕਿੰਨੇ ਟਾਈਮ ਤੋਂ ਰਹਿ ਰਹੇ ਹੋ? ਇਹ ਚੇ ਸਾਰੀ ਉਮਰ ਹੀ ਰਹੇ ਪੁੱਤ ਸਾਰੀ ਉਮਰ ਹਾਂਜੀ ਤੇ ਇਹਨਾਂ ਦਾ ਡੈਡੀ ਦੀ ਡੈਥ ਹੋ ਗਈ ਚਾਸਰ ਹੋ ਗਈ 150 ਦਾ ਹੀ ਕੱਕਾ ਅੱਛਾ ਆ ਤੇ ਗੁਡੀਆ ਬਾਬਾ ਹੀ ਤੋ ਰਿਫੇ ਦੀ ਪੋਤਾ ਪੋਤੀ ਨੇ ਹਾਂਜੀ ਤੇ ਤੁਹਾਡੇ ਬੇਟੇ ਦੀ ਡੈਥ ਕਿਵੇਂ ਹੋਈ ਉਹਨੂੰ ਅਟੈਕ ਹੋ ਗਿਆ ਪੁੱਤਰਾ ਮੋਗੇ ਲੱਗੇ ਮੋਗੇ ਬਚਿਆ ਨਹੀਂ ਫਿਰ ਫਰੀਦਕੋਟ ਲੈ ਗਏ ਹੂੰ ਤੇ ਫਿਰ ਫਰੀਦਕੋਟੋਂ ਵੀ ਨਹੀਂ ਬਚਿਆ ਇਹ ਸ਼ਰਾਬ ਪੀਂਦਾ ਸੀ ਸ਼ਰਾਬ ਇਹਨੂੰ ਨਹੀਂ ਹਟਿਆ ਤੇ ਫਿਰ ਮੁੱਕ ਗਿਆ ਤੇ ਤੁਹਾਡੀ ਨੂੰ ਕਿੱਥੇ ਇਸ ਟਾਈਮ ਉਹ ਤੁਰ ਗਈ ਪਤਾ ਕਿਉਂ ਉਹ ਕਿਦੀ ਮੈ ਨਹੀਂ ਰਹਿਣ ਤੁਰ ਗਈ ਨਹੀਂ ਉਹਨਾਂ ਨੂੰ ਬਿਲਕੁਲ ਮੋਹ ਨਹੀਂ ਆਇਆ ਆਪਣੇ ਬੱਚਾਂ ਦਾ ਕਿ ਮੇਰੇ ਬੱਚੇ ਕਿਵੇਂ ਰਹਿਣਗੇ ਬਾਚੂ ਨਾ ਤੇ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਬੜਾ ਰੋਕਿਆ ਥਾਣੇ ਬਿਠਾਣੇ ਵਿੱਚ ਗੱਲਾਂ ਪੜ ਗਈਆਂ ਬਹੁਤ ਰੁਕਿਆ ਸੀ ਪੰਚਾਇਤ ਇਕੱਠੀ ਕੀਤੀ ਸਰਪੰਚ ਵੀ ਮਿੰਬਰ ਸਾਰੇ ਗਏ ਸੀ ਫਿਰ ਬੱਚੇ ਲਾਇਆ ਸੀ ਹਾਂਜੀ ਤੇ ਤੁਹਾਡੀਆਂ ਬੇਟੀਆਂ ਹੈਗੀਆਂ ਹਾਂਜੀ ਕਿੰਨੀਆਂ ਹੈਗੀਆਂ ਉਹ ਨਹੀਂ ਆਉਂਦੇ ਤੁਹਾਡੇ ਕੋਲ ਅਬ ਕਦੀ ਕਦਾਈ ਆ ਜਾਂਦੀਆਂ ਫਿਰ ਬੱਚੇ ਉਹਨਾਂ ਦੇ ਪੜਦੇ ਪੁੱੜਦੇ ਨਹੀਂ ਤੇ ਫੋਨ ਕਰ ਦਿੰਦੀਆਂ ਅੱਛਾ ਨਹੀਂ ਜਿਵੇਂ ਤੁਸੀਂ ਨਿਉਰੇ ਤਰਸਯੋਗ ਹਾਲਤ ਦੇ ਵਿੱਚ ਰਹਿ ਰਹੇ ਹੋ ਤੁਹਾਨੂੰ ਹਾਲਚਾਲ ਵੀ ਨਹੀਂ ਪੁੱਛਦੇ ਤੁਹਾਡਾ ਜਾਂ ਫਿਰ ਤੁਸੀਂ ਐਵੇਂ ਉੱਤੋਂ ਉੱਤੋਂ ਕਹੀ ਜਾਂਦੇ ਹੋ ਕਿ ਮੇਰੀਆਂ ਕੁੜੀਆਂ ਐਵੇਂ ਫਿਰ ਉਹ ਤੁਹਾਨੂੰ ਪਤਾ ਹੀ ਅੱਜਕੱਲ੍ਹ ਘਰਾਂ ਵਿੱਚ ਕਿੱਥੇ ਨਿਕਲਿਆ ਜਾਂਦਾ ਨਾ ਫੇਰ ਆਉਂਦੀਆਂ ਵੀ ਘੱਟ ਹੀ ਨੇ ਨਹੀਂ ਪਰ ਫਿਰ ਵੀ ਮਾਂ ਤਾਂ ਮਾਈ ਹੁੰਦੀ ਹੈ ਨਾ ਜੇਕਰ ਕੁੜੀਆਂ ਹੀ ਨਹੀਂ ਮਾਂ ਨੂੰ ਮਿਲਣਗੀਆਂ ਤਾਂ ਫਿਰ ਜ਼ਿੰਦਗੀ ਜਿਉਣੀ ਅੱਖਿਆ ਜਾਂਦੀ ਐਲੱਛਾ ਪੁੱਤ ਨਹੀਂ ਤੇ ਫਿਰ ਜਿਵੇਂ ਜਿਵੇਂ ਉਹ ਪਰਮਾਤਮਾ ਲਿਖਦਾ ਨਾ ਉਹੀ ਹੋਣਾ ਹੂੰ ਜਦੋਂ ਉਹ ਲੈਣ ਆ ਗਿਆ ਕੇ ਪੁੱਛਲ ਕੇ ਨਹੀਂ ਪੁੱਛਣਾ ਹੈ ਕਿ ਨਾ ਕਹਤੀ ਨੇ ਨਾ ਕੇ ਪੁੱਤ ਨੇ ਹੈ ਨਾ ਇਹਨਾਂ ਨੇ ਪੁੱਛਣਾ ਵੀ ਤੂੰ ਮਾਤਾ ਤਰ ਚੱਲੀ ਹੈ ਹੈ ਕਿਣ ਐਡਾ ਪਰ ਉਹ ਪਰਮਾਤਮਾ ਦਾ ਆਸਰਾ ਸਾਨੂੰ ਚਕੇ ਕਿਸੇ ਦਾ ਆਸਰਾ ਨਹੀਂ ਹੂੰ ਹਾਂ ਉਹ ਦਾਤੇ ਦਾ ਹੀ ਆਸਰਾ ਉਹ ਸਾਨੂੰ ਦਿੰਦਾ ਬਹੁਤ ਕੁਝ ਕਿ ਤੋੜੀਆਂ ਤਿੰਨੋ ਤਿਆ ਨੇ ਜਿਹੜੀਆਂ ਕਿੱਥੇ ਵਿਆਹੀ ਹੋਈਆਂ ਦੋ ਤਾਂ ਇੱਥੇ ਅਮੀ ਵਾਲੇ ਹੀ ਨੇੜੇ ਹੀ ਆ ਤੇ ਇੱਕ ਮੋਗੇ ਅੱਛਾ ਸਾਲ ਦੇ ਵਿੱਚ ਕਿੰਨੀ ਵਾਰੀ ਮਿਲਣ ਆ ਜਾਂਦੇ ਤੋ ਆ ਜਾਂਦੀਆਂ ਦੋ ਤਿੰਨ ਵਾਰੀ ਬਸ ਦੋ ਤਿੰਨ ਵਾਰੀ ਹਾਂ ਹੁਣ ਉਹਨਾਂ ਨੇ ਫੋਨ ਕੀਤਾ ਹੀ ਪੇਹ ਰਖੜੀ ਤੇ ਆਉਣਾ ਤੇ ਮੈਂ ਕਹਿੰਦੀ ਆ ਜਾ ਮੇਰੇ ਬੱਚੇ ਨੇ ਬੰਦ ਜਾਇਓ ਨਹੀਂ ਗੱਲ ਸਵਾਲ ਉਰੇ ਮੇਰੇ ਆ ਕਿ ਜਿਹੜੀ ਮਾਂ ਨੇ ਜਨਮ ਦਿੱਤਾ ਹੈਨਾ ਤਿੰਨੋ ਕੁੜੀਆਂ ਸਾਲ ਦੇ ਵਿੱਚ ਸਿਰਫ ਦੋ ਤਿੰਨ ਵਾਰ ਆਉਂਦੀਆਂ ਨੇ ਤੇ ਫਿਰ ਤੁਹਾਨੂੰ ਬੁਰਾ ਤਾਂ ਲੱਗਦਾ ਹੀ ਹੋ ਤੇ ਫਿਰ ਤੈਨੂੰ ਪਤਾ ਕਿ ਤੂੰ ਸਿਆਣੀ ਨਾ ਪਤ ਇਹ ਇਸ ਤਰ੍ਹਾਂ ਬੱਚਾ ਦਾ ਜਿਵੇਂ ਵਿਵਹਾਰ ਹੈ ਹਨਾ ਜਿਵੇਂ ਤੁਸੀਂ ਵੀ ਥੋੜੀ 70 ਸਾਲ ਦੀ ਉਮਰ ਹੋ ਚੁੱਕੀ ਹੈ ਹਨਾ ਤੇ ਇਸ ਉਮਰ ਦੇ ਵਿੱਚ ਇਕੱਲੇ ਰਹਿਣਾ ਬਹੁਤ ਔਖਾ ਹੁੰਦਾ ਕਿਉਂਕਿ ਅੱਜ ਕੱਲ ਤਾਂ ਕੀ ਹੈ ਕਿ ਮੁੰਡੇ ਕੁੜੀਆਂ ਇੱਕੋ ਜਿਹੇ ਹੁੰਦੇ ਆ ਉਹ ਤੁਹਾਨੂੰ ਆਪਣੇ ਘਰ ਵੀ ਰੱਖ ਸਕਦੇ ਨੇ ਤੇ ਉਹਨਾਂ ਨੇ ਕਦੇ ਕਿਹਾ ਨਹੀਂ ਕਿ ਤੁਸੀਂ ਬੀਬੀ ਮੇਰੇ ਘਰ ਆ ਜਾਓ ਆਖਿਆ ਉਹਨਾਂ ਨੇ ਮੈਂ ਨਹੀਂ ਜਾਂਦੀ ਮੈਂ ਕਿਹਾ ਮੈਂ ਘਰ ਛੱਡ ਕੇ ਨਹੀਂ ਜਾ ਸਕਦਾ ਜਾਣਾ ਤੇ ਤੁਹਾਨੂੰ ਘਰ ਨਾਲ ਮੋਹ ਹਾਂ ਘਰ ਨਾਲ ਮੋਹ ਮੈਂ ਕਿਹਾ ਮੈਂ ਨਹੀਂ ਜਾਣਾ ਆਂ ਤੁਸੀਂ ਸਾਡੇ ਕੋਲ ਆ ਜਾ ਮੈਂ ਕਹਿੰਨਾ ਹੂੰ ਹੂੰ ਮੈਂ ਨਹੀਂ ਮਹਿ ਜਾਣਾ ਪਰ ਫਿਰ ਓਰੇ ਤਾਂ ਤੁਹਾਨੂੰ ਰਹਿਣਾ ਹੀ ਬੜਾ ਔਖਾ ਏ ਜਿਵੇਂ ਤੁਹਾਡੀ ਤੁਸੀਂ ਦੱਸਿਆ ਕਿ ਤੁਹਾਡੀ ਬਾਹ ਵੀ ਟੁੱਟੀ ਹੋਈ ਹੈ ਹੈਨਾ ਤੇ ਤੁਹਾਡੇ ਤੁਰਨਾ ਵੀ ਬੜਾ ਮੁਸ਼ਕਿਲ ਆ ਤੁਹਾਡਾ ਹਨਾ ਤੁਸੀਂ ਕੱਪੜੇ ਬੜੇ ਮੁਸ਼ਕਿਲ ਨਾਲ ਪਾਉਂਦੇ ਹੋ ਹਨਾ ਹਾਂ ਉਹ ਹੀ ਆ ਨਾ ਤੁਸੀਂ ਉਹਦੇ ਤੇ ਨਿਰਭਰੋ ਹੈਨਾ ਤੁਸੀਂ ਆਪ ਨਹੀਂ ਕੁਝ ਕਰ ਸਕਦੇ ਤੇ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਅਗਰ ਤੁਸੀਂ ਆਪਣੀਆਂ ਤੁਹਾਡੀਆਂ ਧੀਆ ਕਹਿੰਦੀਆਂ ਵੀ ਨੇ ਤਾਂ ਤੁਸੀਂ ਉਹਨਾਂ ਕੋ ਚਲੇ ਜਾਓ ਨਹੀਂ ਮੈਂ ਨਹੀਂ ਜਾਣਾ ਤੇ ਘਰ ਦਾ ਮਕਾਨ ਹੈ ਜਿਹੜਾ ਇਹ ਕਿਵੇਂ ਦਾ ਹੈ ਛੱਤਾ-ਚੁੱਤਾ ਠੀਕ ਨਹੀਂ ਛੱਤਾ ਨਹੀਂ ਪੁੱਤ ਸਾਰੇ ਬਾਲੇ ਤਿੰਨ-ਚਾਰ ਬਾਲੇ ਨੇ ਜਿਧਰ ਮੀ ਨਹੀਂ ਪੜਾ ਪਿਆ ਉਧਰ ਤਿੰਨ ਬਾਲੇ ਡਿੱਗ ਪਏ ਅਜੇ ਬੱਚੇ ਮੇਰੇ ਅੰਦਰ ਹੀ ਸੀ ਤੇ ਮੈਂ ਅਜੇ ਬਾਹਰ ਹੀ ਨਿਕਲੀ ਹਾਂ ਤੇ ਤਿੰਨ ਬਾਲੇ ਡਿੱਗ ਪਏ ਬਾਲੇ ਮੈਂ ਕੁੜੀਆਂ ਦੀ ਖੜਕਾ ਆਪਣੇ ਬੀਬੀ ਅੰਦਰ ਹੋਇਆ ਮਗਾ ਤੋ ਹੀ ਬਾਹਰ ਆ ਜਾਓ ਤੇ ਜੇ ਮੈਂ ਵੇਖਿਆ ਤੇ ਤਿੰਨ ਬਾਲੇ ਥੱਲੇ ਮੇਰੇ ਅੱਛਾ ਤੇ ਮਹਾਰਾਜੀ ਰੱਖਣ ਵਾਲਾ ਨਹੀਂ ਤਾਂ ਹਾਂ ਬਾਲਿਆਂ ਦੀਆਂ ਨਾ ਛੱਤਾ ਜਿਹੜੀਆਂ ਇਹ ਖਰਾਬ ਨੇ ਸਾਰੀਆਂ ਹਾਂ ਅੱਛਾ ਤੁਸੀਂ ਕਿਹੜੀ ਕਲਾਸ ਚੋਂ ਪੰਜਵੀਂ ਚ ਪੰਜਵੀਂ ਚ ਮੈਂ ਸੁਣਿਆ ਘਰ ਦਾ ਸਾਰਾ ਕੰਮ ਕਰ ਲੈਂਦੇ ਹੋ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਘਰ ਦਾ ਕੰਮ ਕਰਦਿਆਂ ਨੂੰ ਹੋ ਗਿਆ ਸਾਲ ਇੱਕ ਸਾਲੇ ਹਾਲ ਹੋ ਗਿਆ ਰੋਟੀ ਬੜੀ ਸੋਹਣੀ ਬਣਾ ਲੈਂਦੇ ਹਾਂ ਹਾਂਜੀ ਅੱਛਾ ਦਿਲ ਨਹੀਂ ਕਰਦਾ ਵੀ ਜਿਵੇਂ ਬੱਚੇ ਖੇਡਦੇ ਹੁੰਦੇ ਨੇ ਵੀ ਮੈਂ ਵੀ ਖੇਡਾਂ ਹਨਾ ਮੇਰੇ ਵੀ ਦੋਸਤ ਮਿੱਤਰ ਹੋਣ ਐਵੇਂ ਦਿਲ ਨਹੀਂ ਕਰਦਾ ਵੀ ਮੈਂ ਵੀ ਘਰ ਘਰ ਖੇਡਾਂ ਜੀ ਕਰਦਾ ਇਹ ਤੇ ਫਿਰ ਕਿਹਦੇ ਨਾਲ ਖੇਡਦੀ ਹੁੰਦੀਆਂ ਜਸ ਵੀਰੇ ਨਾਲ ਨਿੱਕੇ ਵੀਰ ਨਾਲ ਅੱਛਾ ਤੂੰ ਸਵੇਰੇ ਸਕੂਲ ਜਾਣ ਲਈ ਤਿਆਰ ਹੋ ਕੇ ਆਪ ਰੋਟੀ ਬਣਾਉਣੀ ਪੈਂਦੀ ਉਦੋਂ ਯਾਦ ਆਉਂਦੀ ਹੋਊਗੀ ਨਾ ਵੀ ਮੇਰੀ ਮੰਮੀ ਹੁੰਦੀ ਤਾਂ ਮੈਨੂੰ ਆਪ ਬਣਾ ਕੇ ਦਿੰਦੇ ਹਨਾ ਹਾਂ ਜੀ ਪਰ ਉਹ ਅੱਗੇ ਚੱਲ ਜਾਂਦੀ ਹੁੰਦੀ ਸੀ ਹੁਣ ਤੇ ਦੋ ਕਿੰਨਾ ਚੱਲ ਗਿਆ ਬਤ ਲੱਗਦਾ ਹੀ ਨਹੀਂ ਸਕੂਲ ਅੱਗੇ ਸਕੂਲੋਂ ਖਾ ਆਉਂਦੇ ਸੀ ਰੋਟੀ ਉੱਥੋਂ ਵੀ ਮਿਲ ਜਾਂਦੀ ਸੀ ਮਾਤਮਾ ਬਹੁਤ ਚੰਗੀਆਂ ਸੀ ਉਹ ਫੇ ਬੱਚਿਆਂ ਨੂੰ ਬਾ ਵੀ ਦਿੰਦੀਆਂ ਸੀ ਹੈ ਫੇ ਰੋਟੀ ਪਣੀ ਆਉਦੀ ਘਰੋਂ ਵੀ ਲਿਆ ਆਉਂਦੀਆਂ ਫੇ ਇਹਨਾਂ ਬੱਚਿਆਂ ਨੂੰ ਦੇ ਦਿੰਦੀਆਂ ਸੀ ਇਹ ਫੇ ਖਾ ਕੇ ਚੱਲ ਜਾਂਦੇ ਸੀ ਕਿਹੜੇ ਸਕੂਲ ਦੇ ਵਿੱਚ ਨੇ ਇਹ ਪਿੰਡ ਦੇ ਇੱਥੇ ਬਕਰ ਵਾਲੇ ਪਾਏ ਸੀ ਇਹ ਸਰਕਾਰੀ ਸਕੂਲ ਚ ਸਜਾ ਜਦ ਤੁਹਾਡੇ ਬੇਟੇ ਦੀ ਡੈਥ ਹੋਈ ਐ ਤਾਂ ਉਸ ਤੋਂ ਬਾਅਦ ਫਿਰ ਘਰ ਦਾੋ ਗੁਜ਼ਾਰਾ ਕਿਵੇਂ ਚੱਲਦਾ ਸੀ ਤੁਹਾਡਾ ਫਿਰ ਅਸੀਂ ਇੱਥੇ ਚਲੇ ਗਏ ਸੀ ਕਿ ਇੱਥੇ ਚਲੇ ਗਏ ਸੀ ਦੇਖ ਕੇ ਆਉਂਦੇ ਤੇ ਸਾਡਾ ਚੋਰੀ ਹੋ ਗਈ ਤੇ ਫਿਰ ਅਸੀਂ ਆ ਗਏ ਚੋਰੀ ਕਿ ਚੋਰੀ ਕਿੱਥੇ ਹੋਈ ਸੀ ਇੱਥੇ ਹੋਈ ਸੀ ਅੱਛਾ ਤੇ ਸਾਰਾ ਸਮਾਨ ਲੈ ਗਏ ਸੀ ਹਾਂਜੀ ਜਦੋਂ ਸਮਾਨ ਹੀ ਸਾਰਾ ਲੈ ਗਏ ਫਿਰ ਉਸ ਤੋਂ ਬਾਅਦ ਤਾਂ ਜਿਉਣਾ ਹੋਰ ਵੀ ਔਖਾ ਹੋ ਗਿਆ ਹੁਣ তোর ਪਤੀ ਲਈ ਚਾਹ ਵਾਲੀ ਨਹੀਂ ਛੱਡੀ ਸੀ ਉਹਨਾਂ ਪੁੱਤ ਅੱਛਾ ਹਾਂ ਤੇ ਫਿਰ ਸਰਵੇਂ ਨੂੰ ਮਿਲਦੀ ਮੈਂ ਫਿਰ ਆਦ ਦੇ ਕਰ ਗਜਰਾ ਕਰੀਗੀ ਪੈਨਸ਼ਨ ਕਿੰਨੀ ਮਿਲਦੀ ਤੁਹਾਨੂੰ 700 ਪੁੱਤ ਤੇ 750 ਦੇ ਵਿੱਚ ਤੁਸੀਂ ਤਿੰਨ ਜਿਓ ਤੇ 750 ਦੇ ਵਿੱਚ ਤਾਂ ਕੀ ਬਣਨਾ ਚੱਲ ਫਿਰ ਫਿਰ ਪੁੱਤ ਟਾਈਮ ਪਾਸ ਤੇ ਕਰਨਾ ਹੀ ਹੈ ਕਿਵੇਂ 750 ਦੇ ਵਿੱਚ ਤੁਸੀਂ ਕਿਵੇਂ ਸਾਰਾ ਘਰ ਦਾ ਜਿਹੜਾ ਰਾਸ਼ਨ ਪਾਣੀ ਸਾਰਾ ਸਮਾਨ ਕਿਵੇਂ ਮੈਨੇਜ ਬੱਚੇ ਸਕੂਲੇ ਚਲੇ ਜਾਂਦੇ ਹੀ ਤੇ ਫਿਰ ਰਸ ਨੇ ਇਹਨਾਂ ਨੂੰ ਉੱਥੇ ਮਿਲ ਜਾਂਦਾ ਸੀ ਆ ਦੇ ਬਦ ਨਾ ਮਿਲ ਜਾਂਦੀ ਗਈ ਸਰਕਾਰੀ ਸਕੂਲੋਂ ਤੇ ਉਦੋਂ ਬਿਜਲੀ ਦਾ ਕਨੈਕਸ਼ਨ ਸੀਗਾ ਤੁਹਾਡੇ ਕੋਲ ਨਾ ਐਵੇਂ ਹੀ ਰਾਤ ਨੂੰ ਸੌਂਦੇ ਸੀ ਬਿਨਾ ਕੋਣੀ ਲੱਗੀ 15 20 15 ਕੇ ਦਿਨ ਹੋ ਗਏ ਨੇ ਇਹ ਜਸਵਿੰਦਰ ਸਿੰਘ ਥਾਣੇਦਾਰ ਏ ਪੁਲਿਸ ਦਾ ਉਹਨੇ ਫਿਰ ਉਹ ਇੱਥੋਂ ਦੀ ਤਿੰਨ ਵਾਰੀ ਇਧਰ ਨੂੰ ਲੰਘਿਆ ਤਿੰਨ ਵਾਰੀ ਇਧਰ ਨੂੰ ਲੰਘਿਆ ਉਹ ਫਿਰ ਉਹਨੇ ਕਿਸੇ ਨੂੰ ਪੁੱਛਿਆ ਪੀ ਮਾਤਾ ਭੀ ਜਾਣੇ ਲੈ ਕੇ ਇੱਥੋਂ ਬਾਹਰ ਹੀਂਦੀ ਬੱਤੀ-ਬੱਤੀ ਹੈ ਨਹੀਂ ਉਹ ਇੱਥੇ ਪਿੰਡ ਕੋਈ ਲਾਗੇ ਸੀ ਤਾਂ ਉੱਥੇ ਗਿਆ ਤੇ ਫਿਰ ਆਉਂਦਾ ਸਾਡੇ ਕੋਲ ਆਇਆ ਉਹਨੇ ਵੀ ਮਾਤਾ ਕਿਵੇਂ ਗਾਲਿਆ ਮੈਂ ਕਿ ਬੱਤੀ ਨਹੀਂ ਹੈਗੀ ਬੱਤੀ ਮੈਨੂੰ ਚਾਹੀਦੀ ਹੋਰ ਮੈਨੂੰ ਪੁੱਛ ਨਹੀਂ ਚਾਹੀਦਾ ਤੇ ਫਿਰ ਉਹਨੇ ਭਾਜਨਾਸ ਕੇ ਬੱਤੀ ਲਵਾਤੀ ਤੇ ਨੋ ਪੁੱਤ ਨੇ 40000 ਰੁਪਏ ਸੀ ਬਿੱਲ ਬਣਿਆ ਤੋ ਇੱਥੋਂ ਤੁਰ ਗਏ ਕਿਹੜੇ ਨੋ ਪੁੱਤ ਮੇਰਾ ਨੋ ਪੁੱਤ ਅਸਲ ਜਦੋਂ ਉਹਨਾਂ ਦੀ ਡੈਥ ਹੋਣ ਤੋਂ ਪਹਿਲਾਂ ਹਾਂ ਤੇ 40000 ਰੁਪਏ ਬਿੱਲ ਬਣਿਆ ਸੀ 15000 ਰੁਪਏ ਉਹਨੇ ਤਾਰ ਦਿੱਤਾ ਤੇ ਬਾਕੀ ਫਿਰ ਬਾਕੀ ਉਹਨਾਂ ਕਿਸ਼ਤਾਂ ਕੀਤੀਆਂ ਪਿੱਛੇ ਜਿਸ ਜਿਹੀਂ ਦੇ ਦਾਂਗਾ ਡੇੜੇ ਉਹਨੇ ਜਸਵਿੰਦਰ ਸਿੰਘ ਠਾਲੀਦਾਰ ਨੇ ਥੋੜੇ ਬੇਟੇ ਦੀ ਡੈਥ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਕਿ ਕਿਤੇ ਚਲੇ ਗਏ ਸੀ ਰਹਿਣ ਤੇ ਫੇਰ ਉਰੇ ਆਏ ਤੇ ਫਿਰ ਉਸ ਤੋਂ ਬਾਅਦ ਕਿਵੇਂ ਜਿਹੜਾ ਘਰ ਦਾ ਗੁਜ਼ਾਰਾ ਉਹ ਕਿਵੇਂ ਹੁੰਦਾ ਸੀ ਇਹ ਬਾਬੇ ਗੁਰਦਾਰੀ ਇਹ ਦੇ ਜਾਂਦੀ ਹੈ ਬਾਬੇ ਜੜਿਆ ਹੈ ਹੈ ਨਾ ਨਹੀਂ ਤੁਹਾਡੀ ਨੂੰਹ ਦਾ ਕਦੇ ਫੋਨ ਨਹੀਂ ਆਇਆ ਤੁਹਾਨੂੰ ਜਾਂ ਫਿਰ ਕਦੇ ਮਿਲਣ ਨਹੀਂ ਆਈ ਤੁਹਾਨੂੰ ਮਤਲਬ ਉਹਨਾਂ ਦੇ ਦਿਮਾਗ 'ਚ ਜਾਂ ਫਿਰ ਦਿਲ 'ਚ ਕਦੇ ਨਹੀਂ ਆਇਆ ਕਿ ਮੇਰੇ ਦੋ ਬੱਚੇ ਨੇ ਮੇਰੀ ਇੱਕ ਬਜ਼ੁਰਗ ਬੀਬੀਏ ਮੈਨੂੰ ਕੁਝ ਨਹੀਂ ਲੱਗਦੇ ਹੋਰ ਮੈਂ ਨਵਾਂ ਵਿਆਹ ਕਰਾ ਲਿਆ ਜਿਹੜੇ ਉਹਦੇ ਵਿੱਚੋਂ ਬੱਚੇ ਹੋਣਗੇ ਮੇਰੇ ਉਹ ਕੁਝ ਲੱਗਣਗੇ ਮੇਰੇ ਬੱਚੇ ਨਹੀਂ ਕੁਝ ਲੱਗਦੇ ਹਾਂਜੀ ਅੱਛਾ ਤੇ ਫਿਰ ਮੈਂ ਤੇ ਫਿਰ ਸੰਭਣੀ ਸੰਭਣੀ ਮੇਰੇ ਯਾਰ ਹਾਲਸਾ ਮੈਂ ਤਾਂ ਪੁੱਤਾਂ ਸੰਭਣੀ ਹਾਂ ਹਾਂ ਮੈਂ ਤਾਂ ਜਿਉਂਦੀ ਨਹੀਂ ਇੰਨਾ ਬਿਨੋਂ ਹਾਂ ਮੈਂ ਨਹੀਂ ਜਿਉਂਦੀ ਇੰਨਾ ਬਿਨਾ ਘਰੀਨ ਮੈਂ ਜਾਣ ਨਹੀਂ ਦਿੰਦੀ ਕਿਤੇ ਗੀ ਹੋਰ ਪੁੱਤ ਕੇ ਬੇਟੇ ਦੀ ਡੈਥ ਤੋਂ ਬਾਅਦ ਉਹ ਜਦੇ ਚਲੀ ਗਈ ਤੁਹਾਡੇ ਨੂੰ ਹਾਂ ਨਹੀਂ 2-3 ਮਹੀਨੇ ਰਹੀ ਮੁਰਕੇ ਚਲੀ ਗਈ ਲੋਕਾਂ ਮਗਰ ਲੱਗ ਕੇ ਚਲੀ ਗਈ ਜਰਾ ਮਤਲਬ ਉਹਨਾਂ ਨੇ ਇੰਨਾ ਕ ਵੀ ਨਹੀਂ ਸੋਚਿਆ ਕਿ ਮੇਰੇ ਦੋ ਇੰਨੇ ਪਿਆਰੇ ਬੱਚੇ ਨੇ ਬਜ਼ੁਰਗ ਬੀਬੀ ਐ ਤੇ ਬੱਚਿਆਂ ਨੇ ਨਹੀਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਬੱਚਿਆਂ ਨੂੰ ਦੇਖ ਕੇ ਪਤਾ ਨਹੀਂ ਨਾ ਇਹ ਇਹ ਜਿਹੀਆਂ ਗੱਲਾਂ ਅਜੇ ਨਿਆਣੇ ਜੀ ਸੀ ਉਹਦੋਂ ਮੁੰਡਾ 10 ਸਾਲ ਦਾ ਹੀ ਸਾਰਾ ਹਾਂ ਤੇ ਗੁੜੀਆਂ ਤੇ ਗੁੜੀਆਂ ਦੇ ਬਾਵਾ ਗੁੜੀ ਨੇ ਸੂ ਮੇਰਾ ਡੈਡੀ ਮਰ ਗਿਆ ਤੇ ਜਾਂ ਮੇਰੀ ਮੰਮੀ ਚਲੀ ਗਈ ਮੰਮੀ ਨੇ ਵਿਆਹ ਕਰਾ ਲਿਆ ਹਾਂਜੀ ਇਹਨਾਂ ਨੂੰ ਕੁੜੀ ਨੂੰ ਪਤਾ ਮੁੰਡੇ ਨੂੰ ਨਹੀਂ ਪਤਾ ਹਾਂ ਅੱਛਾ ਰੋਟੀ ਰੋਟੀ ਬਣਾਉਣੀ ਕੀ ਤੋਂ ਸਿੱਖੀ ਬੇਬੀ ਤੋਂ ਇਹਨਾਂ ਨੇ ਸਿਖਾਈ ਹਾਂਜੀ ਤੇ ਫਿਰ ਹੁਣ ਸਾਰਾ ਆਪ ਕਰਦੇ ਹੋ ਹਾਂਜੀ ਕਰਦਾ ਕੰਮ ਜਦੋਂ 3 ਮਹੀਨੇ ਲੋਕਡਾਊਨ ਰਿਹਾ ਏ ਤਾਂ ਉਦੋਂ ਫਿਰ ਘਰ ਦਾ ਖਰਚਾ ਕਿਵੇਂ ਹੁੰਦਾ ਸੀ ਰੋਟੀ ਪਾਣੀ ਦੇ ਜਾਂਦੇ ਸੀ ਪਤਾ ਲੰਗਰ ਨਹੀਂ ਲੱਗੇ ਹੂੰ ਹੂੰ ਤੇ ਲੰਗਰ ਵਾਲੇ ਵੱਧ ਰੋਟੀ ਪਾਣੀ ਦੇ ਜਾਂਦੇ ਸੀ ਅੱਛਾ ਪਿੰਡ ਵਾਲੇ ਗੇੜਾ ਗੂੜਾ ਮਾਰਦੇ ਤੁਹਾਡੇ ਕੋ ਪਿੰਡ ਆਪਣਾ ਮੋੜੇ ਕਾਹਨ ਨਹੀਂ ਕੋਈ ਨਹੀਂ ਆਉਂਦਾ ਪਿੰਡ ਵਾਲਿਆਂ ਨੂੰ ਪਤਾ ਵੀ ਆ ਵੀ ਤੁਸੀਂ ਉਰੇ ਇੱਥੇ ਇੱਕ ਪਰਿਵਾਰ ਰਹਿੰਦਾ ਹਾਂਜੀ ਪਤਾ ਸਾਰਿਆਂ ਨੂੰ ਪਿੰਡ ਦੇ ਸਰਪੰਚ ਨੂੰ ਪਤਾ ਤੇ ਉਹਨਾਂ ਨੇ ਕਦੇ ਸਾਰ ਨਹੀਂ ਲਈ ਤੁਹਾਡੀ ਨਾ ਕਦੀ ਆਏ ਨਹੀਂ ਜਦੋਂ ਲੋਕਡਾਊਨ ਸੀ ਤਾਂ ਉਦੋਂ ਰੋਟੀ ਪਾਣੀ ਜਿਹੜੇ ਲੰਗਰ ਲਾਉਂਦੇ ਸੀ ਉਹ ਦੇ ਕੇ ਜਾਂਦੇ ਸੀ ਜਾਂ ਫਿਰ ਨਹੀਂ ਨਹੀਂ ਉਹ ਦੇਖ ਜਾਂਦੇ ਧਰਮਕੋਟ ਦੇ ਸੀ ਉਹ ਉਹ ਦੇ ਕੇ ਜਾਂਦੇ ਸੀ ਹਾਂ ਐਸ ਵੇਲੇ ਨਹੀਂ ਦੇ ਜਾਂਦੇ ਸੀ ਫਿਰ ਅਹੀਂ ਰਾਤ ਨੂੰ ਤਤੀਆਂ ਕਰਕੇ ਖਾ ਲੈਂਦੇ ਨੇ ਜਿਹੜੀਆਂ ਬਾਅਦ ਜਾਂਦੀਆਂ ਸਵੇਰੇ ਤਤੀਆਂ ਕਰਕੇ ਖਾ ਲੈਂਦੇ ਨੇ ਹਾਂ ਮੇਰੇ ਜਿਹੜੇ ਤੁਹਾਡੇ ਆਂਡ ਗਵਾਨਦੇ ਨੇ ਤੁਹਾਡੀ ਮਦਦ ਕਰਦੇ ਰਹਿੰਦੇ ਨਹੀਂ ਪੁੱਤ ਕੋਈ ਨਹੀਂ ਕਰਦਾ ਆਂਡ ਮਾਂ ਸਾਡੇ ਘਰ ਆਇਆ ਹੀ ਨਹੀਂ ਕੋਈ ਨਾ ਕਦੀ ਨਹੀਂ ਕੋਈ ਸਾਡੀ ਉਹਨਾਂ ਨਾਲ ਆਣ ਕੇ ਪਿੱਛਾ ਪਈਆ ਕੀ ਕਰਦੇ ਜੇ ਕੀ ਨਹੀਂ ਨਾ ਜਿਵੇਂ ਇੱਕ ਸਾਹਮਣੇ ਵੀ ਘਰ ਆ ਤੁਹਾਡੇ ਇਹ ਆਉਂਦੇ ਤੁਹਾਡੇ ਨਾ ਕੋਈ ਨਹੀਂ ਆਉਂਦਾ ਅੱਛਾ ਹਾਂ ਅਸੀਂ ਮੈਂ ਹੀ ਅੰਦਰ ਲੈ ਕੇ ਇਹਨਾਂ ਨੂੰ ਬਾਹਰ ਨਹੀਂ ਲਿਆ ਜਾਂ ਇੱਥੇ ਬਹਿ ਜੀਦਾ ਤੁਸੀਂ ਵੇਖ ਸਕਦੇ ਹੋ ਕਿ ਆਂਡਗਵਾਂ ਦੇ ਵਿੱਚ ਕਾਫੀ ਲੋਕ ਨੇ ਉਰੇ ਪਰ ਫੇਰ ਵੀ ਕੋਈ ਵੀ ਇਹਨਾਂ ਦੀ ਸਾਰ ਨਹੀਂ ਲੈਂਦਾ ਦੋਸਤੋ ਅਸੀਂ ਕੁਝ ਦਿਨ ਪਹਿਲਾਂ ਵੀ ਇਹ ਖਬਰ ਆਪਣੇ ਚੈਨਲ ਤੇ ਪਾਈ ਸੀ ਤੇ ਉਦੋਂ ਬਹੁਤ ਸਾਰੇ ਦਾਨੀ ਸੱਜਣਾ ਨੇ ਮੇਰੇ ਵੀਰਾਂ ਨੇ ਭੈਣਾਂ ਨੇ ਸਾਨੂੰ ਇਹ ਰਿਕੁਐਸਟ ਕੀਤੀ ਸੀ ਕਿ ਸਾਨੂੰ ਇਸ ਪਰਿਵਾਰ ਦਾ ਕੋਈ ਕੰਟੈਕਟ ਨੰਬਰ ਦਿੱਤਾ ਜਾਵੇ ਜਾਂ ਫਿਰ ਕੋਈ ਖਾਤਾ ਨੰਬਰ ਦਿੱਤਾ ਜਾਵੇ ਤਾਂ ਕਿ ਉਹ ਇਹਨਾਂ ਦੀ ਸਹਾਇਤਾ ਕਰ ਸਕਣ ਇਸ ਲਈ ਅਸੀਂ ਅੱਜ ਸਪੈਸ਼ਲ ਇਸ ਪਰਿਵਾਰ ਦੇ ਕੋਲ ਆਏ ਸੀ ਤਾਂ ਕਿ ਅਸੀਂ ਇਹਨਾਂ ਦਾ ਮੋਬਾਈਲ ਨੰਬਰ ਲੈ ਸਕੀਏ ਤੇ ਤੁਹਾਡੇ ਵਰਗੇ ਦਾਨੀ ਸੱਜਣਾ ਤੱਕ ਇਹ ਨੰਬਰ ਪਹੁੰਚਾ ਸਕੀਏ ਤੇ ਤੁਸੀਂ ਇਹਨਾਂ ਦੀ ਮਦਦ ਕਰ ਸਕੋ ਤੇ ਮੈਂ ਨੰਬਰ ਤੁਹਾਨੂੰ ਇਹਨਾਂ ਨੂੰ ਬੋਲ ਕੇ ਦੱਸ ਦਿੰਦੀ ਆ ਤੇ ਅਸੀਂ ਸਕਰੀਨ ਤੇ ਫਲੈਸ਼ ਵੀ ਕਰ ਦਾਂਗੇ ਨੰਬਰ ਹੈ 8699373419 ਮੈਂ ਇੱਕ ਵਾਰ ਫਿਰ ਰਿਪੀਟ ਕਰ ਦਿੰਦੀ ਆ 8699373419 ਤੁਸੀਂ ਇਸ ਨੰਬਰ ਤੇ ਮਾਤਾ ਜੀ ਨਾਲ ਜਾਂ ਫਿਰ ਇਹਨਾਂ ਦੀ ਬੇਟੀ ਹੈ ਕੋਮਲ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਕਿਉਂਕਿ ਮਾਤਾ ਜੀ ਨੂੰ ਫੋਨ ਵਗੈਰਾ ਆਪਰੇਟ ਨਹੀਂ ਕਰਨਾ ਆਉਂਦਾ ਤੇ ਨਿੱਕੀ ਜੀ ਬੱਚੀ ਹੀ ਮੈਨੂੰ ਲੱਗਦਾ ਅਗਰ ਤੁਸੀਂ ਕਾਲ ਕਰੋਗੇ ਤਾਂ ਉਹੀ ਤੁਹਾਡੀ ਕਾਲ ਅਟੈਂਡ ਕਰੇਗੀ ਦੋਸਤੋ ਇਸੇ ਨਾਲ ਹੀ ਅਸੀਂ ਇਸ ਫੈਮਲੀ ਦਾ ਜਿਹੜਾ ਖਾਤਾ ਨੰਬਰ ਹੋਊਗਾ ਅਸੀਂ ਡਿਸਕ੍ਰਿਪਸ਼ਨ ਬਾਕਸ ਤੇ ਸਕਰੀਨ ਤੇ ਫਲੈਸ਼ ਕਰਾਂਗੇ ਤਾਂ ਤੁਸੀਂ ਉਸ ਦੇ ਜ਼ਰੀਏ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਨੰਬਰ ਵੀ ਦੁਬਾਰਾ ਫਲੈਸ਼ ਕਰ ਦਾਂਗੇ ਤੇ ਖਾਤਾ ਨੰਬਰ ਵੀ ਤੁਹਾਨੂੰ ਦਿਖਾ ਦਾਂਗੇ ਸਕਰੀਨ ਤੇ ਫਲੈਸ਼ ਕਰਕੇ ਤੇ ਤੁਸੀਂ ਇਸ ਤਰ੍ਹਾਂ ਇਹਨਾਂ ਦੀ ਮਦਦ ਕਰ ਸਕਦੇ ਹੋ ਕੈਮਰਾਮੈਨ ਅਮਿਤ ਖੰਨਾ ਦੇ ਨਾਲ ਸਿਮਰਨ ਕੌਰ ਰੰਗਲਾ ਟੀਵੀ